ਹੁਣ ਫਿਰ ਮਾਈਂਡ ਚੇਂਜ ਕਰ ਲਿਆ ਪਰਸੈਂਟ ਹੀ ਲੈਣੇ ਇਹ ਕਰੀਏ ਚੀਜ਼ਾਂ ਤਾਂ ਹੁਣ ਦਿਨੇ ਸਾਰਾ ਦਿਨ ਖਾਣੀਆਂ ਹੀ ਆ ਕਿ ਕੋਈ ਕੱਪੜਿਆਂ ਦਾ ਵੀ ਆਹੀ ਹਾਲ ਹੈ ਜੋ ਕੱਪੜੇ ਖਰੀਦਨੇ ਹੁੰਦੇ ਆ ਜਦੋਂ ਕੁਝ ਖਾਣਾ ਵੀ ਹੁੰਦਾ ਆ ਉਦੋਂ ਵੀ ਆਹੀ ਆ ਪਤਾ ਨਹੀਂ ਲੱਗਦਾ ਅੱਜ ਅਸੀਂ ਖੜੇ ਆ ਟ੍ਰੇਨ ਸਟੇਸ਼ਨ ਤੇ ਅੱਜ ਤੁਹਾਨੂੰ ਦਿਖਾਉਣਾ ਹੈ ਕਿ ਇੱਥੇ ਜੇ ਟ੍ਰੇਨਾਂ ਕਿਦਾਂ ਇੱਥੇ ਲੰਡਨ ਅੰਡਰਗਰਾਉਂਡ ਕਿਦਾਂ ਹੈ ਕਿਉਂਕਿ ਅਸੀਂ ਚੱਲੇ ਆ ਲੰਡਨ ਲੰਡਨ ਚੱਲੇ ਆ ਦਿਖਾਉਣੇ ਲੰਡਨ ਸ਼ਹਿਰ ਲੰਡਨ ਸ਼ਹਿਰ ਦੇ ਗਾਣੇ ਵੀ ਕਾਫੀ ਹੈਗੇ ਆ ਅੱਗ ਲਾ ਕੇ ਫੂਕ ਦੋ ਲੰਡਨ ਸ਼ਹਿਰ ਨੂੰ ਅਸੀਂ ਨਹੀਂ ਫੂਕਣਾ ਚਾਹੀ ਤੇ ਰਹਿਣੇ ਅੱਗ ਲਾਉਣ ਚੱਲੀ ਗਏ ਨਹੀਂ ਅਸੀਂ ਇੱਥੇ ਰਹਿਦਾ ਆ ਸਾਡਾ ਰੋਜ਼ ਦਾ ਜਾਣਾ ਆਉਣਾ ਹੈਗਾ ਆ ਅਸੀਂ ਫੂਕਣਾ ਫੱਕਣਾ ਕੁਝ ਨਹੀਂ ਆ ਤਾਂ ਆਵਾਜ਼ ਆ ਰਹੀ ਆ ਕਿੰਨੇ ਮਿੰਟ ਰਹਿੰਦੇ ਟ੍ਰੇਨ ਲਈ ਪੰਜ ਚਾਰ ਮਿੰਟ ਰਹਿੰਦੇ ਚਾਰ ਮਿੰਟ ਰਹਿੰਦੇ ਟ੍ਰੇਨ ਲਈ ਅਗਰ ਦਿਖਾਉਣੇ ਟ੍ਰੇਨ ਇੱਥੇ ਹੀ ਕਿੱਦਾਂ ਦੀਆਂ ਆਇਆ ਤਾਂ ਤੁਹਾਨੂੰ ਅੰਡਰਗਰਾਊਂਡ ਦਿਖਾਉਂਦੇ ਕਿਉਂਕਿ ਅੰਡਰਗਰਾਊਂਡ ਦਾ ਬਹੁਤ ਮਸ਼ਹੂਰ ਆ 1850 ਦੇ ਨੇੜੇ ਦਾ ਅੰਡਰਗਰਾਊਂਡ ਸ਼ੁਰੂ ਹੋਇਆ ਦੇਖ ਲਓ ਅੱਜ ਮੀਂਹ ਪਈ ਜਾਂਦਾ ਤੇ ਪਰ ਅਸੀਂ ਫਿਰ ਵੀ ਤੁਰੇ ਹੀ ਫਿਰਦੇ ਆ ਲੋ ਪਾਣੀ ਇੱਥੋਂ ਥੱਲੇ ਆ ਰਿਹਾ ਮੈਂ ਤਾਂ ਕਹਿੰਦੀ ਘਰ ਨੂੰ ਚੱਲ ਗਏ ਨਹੀਂ ਨਹੀਂ ਜਾਣਾ ਤਾਂ ਲੰਡਨ ਹੀ ਆ ਲੰਡਨ ਦੀਆਂ ਟ੍ਰੇਨਾਂ ਦਿਖਾਉਣੇ ਤਾਂ ਅੰਡਰਗਰਾਊਂਡ ਦਿਖਾਉਣੇ ਕਿਉਂਕਿ ਅੰਡਰਗਰਾਊਂਡ ਤਾਂ ਬਹੁਤ ਮਸ਼ਹੂਰ ਆ ਲੰਡਨ ਦਾ ਸਾਡੀ ਟ੍ਰੇਨ ਹੀ ਨਹੀਂ ਆਉਂਦੀ ਹਜੇ ਲੇਟ ਹੋ ਗਈ ਆ ਟ੍ਰੇਨ ਹੋ ਗਈ ਸਾਰਾ ਰਸਤਾ ਖਾਲੀ ਆ ਟ੍ਰੇਨ ਦੇ ਦੂਸਰੇ ਪਾਸੇ ਜਾਂ ਚੱਲੀ ਹੈ ਨਹੀਂ ਤਾਂ ਹੁਣ ਇੰਨੇ ਵਜੇ ਆ ਜਾਣੀ ਸੀਗੀ ਪਰ ਅੱਜ ਹੁਣ 3 ਮਿੰਟ ਲੇਟ ਆ 34 ਹੁਣ ਆਉਣੀ ਸੀਗੀ 34 ਤੇ ਆਉਣੀ ਸੀਗੀ ਹੁਣ ਲੇਟ ਆ ਪਤਾ ਨਹੀਂ ਕਿੱਥੇ ਇਹ ਅੜਿਓ ਆ ਪਰ ਸਾਰਾ ਹੀ ਖਾਲੀ ਲੱਗਦਾ ਵੈਸੇ ਲੋਕੀ ਜਾ ਨਹੀਂ ਰਹੇ ਹੁਣ ਘੱਟ ਜਾਂਦੇ ਕਿਉਂਕਿ ਟ੍ਰੇਨ ਸਟ੍ਰਾਈਕ ਵੀ ਚੱਲ ਰਹੀਆਂ ਇੱਥੇ ਸਟ੍ਰਾਈਕਸ ਵੀ ਇੱਥੇ ਚੱਲ ਗਏ ਲੋਕਾਂ ਨੂੰ ਪੈਸੇ ਨਹੀਂ ਮਿਲਦੇ ਆ ਡਰਾਈਵਰ ਕੰਪਲੇਨ ਕਰਦੇ ਆ ਜਿਹੜੇ ਕੰਮ ਵੀ ਕਰਦੇ ਵੀ ਕੰਪਲੇਨ ਸਟ੍ਰਾਈਕਸ ਕੱਲ ਸਟ੍ਰਾਈਕ ਸੀਗੀ ਵੈਸੇ ਸਟ੍ਰਾਈਕ ਚੱਲਦੀ ਹੁਣ ਮੰਗਿਆਈ ਬਹੁਤ ਹੋ ਗਈ ਹੈ ਡਰਾਈਵਰ ਵੀ ਕੀ ਕਰ ਚੀਜ਼ਾਂ ਮਹਿੰਗੀਆਂ ਹੋਈ ਜਾਂਦੀਆਂ ਤੇ ਪਰ ਟ੍ਰੇਨ ਆਪਣੀ ਆ ਗਈ ਸਾਡੀ ਟ੍ਰੇਨ ਆ ਗਈ ਚਲੋ ਲੰਡਨ ਚਲੋ ਵੈਸੇ ਗੱਲ ਆ ਇੰਡੀਆ ਦੀ ਟ੍ਰੇਨਾਂ ਲਾਉਣਾ ਤਾਂ ਅਲੱਗ ਸਟਾਈਲ ਹੀ ਆ ਇੱਥੇ ਉੱਥੇ ਤਾਂ ਕੁਲੀ ਹੁੰਦੇ ਆ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਦੇਖਣ ਲਈ ਪਰ ਆ ਤਾਂ ਹੌਲੀ ਹੌਲੀ ਟ੍ਰੇਨ ਆ ਰਹੀ ਸਾਡੀ ਆ ਗਈ ਕਰਮ ਵਾਲੀ ਤਾਂ ਦੇਖੇ ਅੰਦਰ ਕਿੰਨੀ ਖਾਲੀ ਲੱਗਦੀ ਆ ਤਾਂ ਅੱਥਾ ਟ੍ਰੇਨ ਤਾਂ ਖਾਲੀ ਆ ਦੱਸਿਆ ਵੀ ਅੱਜ ਮੀਂਹ ਦਾ ਮੌਸਮ ਆ ਤੇ ਕਿਹੜਾ ਬੰਦਾ ਜਾਊ ਟ੍ਰੇਨ ਤੇ ਬੈਠ ਕੇ ਤੇ ਤੁਰ ਵੀ ਪਈ ਵੈਸੇ ਠੀਕ ਆ ਟ੍ਰੇਨ ਹੁਣ ਇਹ ਜਾਊਗੀ ਲੰਡਨ ਲੰਡਨ ਪੈਡਿੰਗਟਨ ਦਿਖਾਉਂਗੇ ਤਾਂ ਉੱਥੇ ਪਹੁੰਚੂਗੀ ਤਾਂ ਦੇਖੋ ਆਪਣੇ ਨਜ਼ਾਰੇ ਲੰਡਨ ਜਾਂਦਿਆਂ ਦੇ ਇੱਥੇ ਤਾਂ ਬੰਦਾ ਲੰਮਾ ਵੀ ਪੈ ਸਕਦਾ ਜੇ ਪੈਣਾ ਹੋਵੇ ਦੇਖੋ ਇੰਨੀ ਜਗ੍ਹਾ ਆ ਸੌਂ ਜਾਓ ਰਜਾਈਆਂ ਤਾਂ ਸਰਾਣੇ ਲੈ ਆਓ ਤੇ ਇੱਥੇ ਲੰਮੇ ਹੀ ਪੈ ਜਾਓ ਦੇਖੋ ਪਿੱਛੇ ਕਈ ਸੀਟਾਂ ਤੇ ਮੂਹਰੇ ਟੇਬਲ ਵੀ ਹੈ ਟੇਬਲ ਵੀ ਬੈਠ ਕੇ ਖਾ ਸਕਦੇ ਹਾਂ ਵੈਸੇ ਆ ਹੈਗੀ ਲੋਕਲ ਟ੍ਰੇਨ ਆ ਨਹੀਂ ਹੈ ਜਿਹੜੀ ਉਹ ਲੌਂਗ ਡਿਸਟੈਂਸ ਦੀਆਂ ਹੁੰਦੀਆਂ ਲੰਬੇ ਸਫ਼ਰ ਦੀਆਂ ਹੁੰਦੀਆਂ ਯੂਰੋ ਟ੍ਰੇਨ ਹੁੰਦੀ ਜਿਹੜੀ ਹਾਂ ਉਹ ਹੁੰਦੀਆਂ ਥੋੜੇ ਉਹਦੇ ਫੈਸਿਲਿਟੀਜ਼ ਵੀ ਜ਼ਿਆਦਾ ਆ ਪਰ ਜੇ ਲੋਕਲ ਟ੍ਰੇਨ ਲਈ ਵੀ ਆਹ ਵਧੀਆ ਹੈ ਮੈਂ ਤਾਂ ਬੰਬੇ ਦੀਆਂ ਲੋਕਲ ਟ੍ਰੇਨਾਂ ਦੇਖੀਆਂ ਉਹਨਾਂ ਦੀਆਂ ਤਾਂ ਉਹ ਡੋਰ ਸੱਤਿਆਨਾਸ ਹੀ ਸਹੀ ਹੁੰਦਾ ਹੈ ਉੱਥੇ ਤਾਂ ਬੰਦਾ ਆਪਣੇ ਜਾਨ ਆਪਣੀ ਹੱਥ 'ਚ ਹੀ ਆ ਤਾਂ ਚਲੋ ਬੰਬੇ ਵੀ ਸ਼ਾਇਦ ਜਾਈਏ ਇਸ ਸਾਲ ਤਾਂ ਦੇਖਦੇ ਹਾਂ ਉੱਥੇ ਟ੍ਰੇਨਾਂ ਕਿਸ ਤਰ੍ਹਾਂ ਦੀਆਂ ਸਹੀ ਗੱਲ ਆ ਕਿਉਂਕਿ ਮੈਂ ਹਜੇ ਬੰਬੇ ਗਈ ਨਹੀਂ ਹੈਗੀ ਉੱਥੇ ਦੀਆਂ ਟ੍ਰੇਨਾਂ ਵੀ ਦੇਖ ਲਈਆਂ ਕਿਤਾ ਪਰ ਇੱਥੇ ਦੀ ਤਾਂ ਵਧੀਆ ਆ ਇੱਥੇ ਦੀ ਤਾਂ ਇੱਥੇ ਦੀ ਹੁਣ ਇਹ ਹੀ ਟ੍ਰੇਨ ਜਾਣੀ ਆ ਪੈਡਿੰਗਟਨ ਸਟੇਸ਼ਨ ਲੰਡਨ ਸੈਂਟਰ ਲੰਡਨ ਕਹਿ ਲਓ ਤਾਂ ਉੱਥੇ ਅੰਡਰਗਰਾਊਂਡ ਫੜਨਾ ਸੀ ਉਹ ਵੀ ਦਿਖਾਉਂਗੇ ਕਿਉਂਕਿ 1850 ਦੇ ਨੇੜੇ ਉਹ ਬਣਿਆ ਉਹ ਅੰਡਰਗਰਾਊਂਡ ਸਭ ਤੋਂ ਦੁਨੀਆ ਦਾ ਮੈਨੂੰ ਲੱਗਦਾ ਐਕਸਟੈਂਸਿਵ ਨੈਟਵਰਕ ਉਹਨਾਂ ਦਾ ਹੈਗਾ ਸਭ ਤੋਂ ਵੱਡਾ ਨੈਟਵਰਕ ਤਾਂ ਮੈਨੂੰ ਲੱਗਦਾ ਕੋਈ ਮੁਲਕ ਦਾ ਅੰਡਰਗਰਾਊਂਡ ਮੈਟਰੋ ਸਿਸਟਮ ਉਸ ਸਟਾਈਲ ਦਾ ਨਹੀਂ ਹੋਊਗਾ ਇੰਨਾ ਪੁਰਾਣਾ ਵੀ ਤਾਂ ਇੰਨਾ ਹੀ ਇੰਨੀ ਕਵਰੇਜ ਉਹਨਾਂ ਦੀ ਹੈਗੀ ਇੰਨੇ ਰੂਟ ਕਰਦੇ ਆ ਦੇਖੋ ਮੈਂ ਇੱਕ ਚੀਜ਼ ਹੋਰ ਨੋਟ ਕੀਤੀ ਇੱਥੇ ਦੇਖੋ ਇੱਥੇ ਲਿਖਿਆ ਹੈ ਪੁਸ਼ ਬਟਨ ਵੇਟ ਫੋਰ ਰਿਪਲਾਈ ਸਪੀਕ ਟੂ ਡਰਾਈਵਰ ਜੇ ਡਰਾਈਵਰ ਨਾਲ ਵੀ ਤੁਸੀਂ ਐਮਰਜੈਂਸੀ 'ਚ ਟ੍ਰੇਨ ਰੋਕਣੀ ਹੈ ਤੁਸੀਂ ਡਰਾਈਵਰ ਨਾਲ ਸਿੱਧੀ ਗੱਲ ਕਰ ਸਕਦੇ ਵੈਸੇ ਜੇ ਉਹਨਾਂ ਗੱਪਸ਼ੱਪ ਵੀ ਮਾਰਨੀ ਹੋਵੇ ਉਹਨਾਂ ਕਰ ਸਕਦੇ ਉਹਨੂੰ ਪੁੱਛ ਸਕਦੇ ਹਾਲ ਤਬੀਅਤ ਕਿਸ ਤਰ੍ਹਾਂ ਦੀ ਆ ਘਰ ਵਾਲੀ ਨਾਲ ਕੋਈ ਪੰਗੇ ਪੁੰਗੇ ਤਾਂ ਨਹੀਂ ਬੱਚੇ ਬਾਲ ਬੱਚੇ ਠੀਕ ਆ ਸਾਡੇ ਵਾਲਾ ਹਾਲ ਤਾਂ ਨਹੀਂ ਤਾਂ ਲੜਦੇ ਲੁੜਦੇ ਤਾਂ ਝਗੜੇ ਤਾਂ ਨਹੀਂ ਕੋਈ ਹੁੰਦੇ ਅਸੀਂ ਹੱਲ ਲੱਭੀਏ ਤਾਂ ਨਾਲੇ ਉਹਨਾਂ ਨੂੰ ਉਹਨਾਂ ਦੀ ਸਟ੍ਰਾਈਕ ਬਾਰੇ ਪੁੱਛ ਸਕਦੇ ਸਟ੍ਰਾਈਕ ਬਾਰੇ ਕਿਉਂਕਿ ਸਟ੍ਰਾਈਕਸ ਬਹੁਤ ਹੁੰਦੀਆਂ ਅੱਜ ਕੱਲ੍ਹ ਸਿਆਪੇ ਬਹੁਤ ਆ ਇੱਥੇ ਕੱਲ ਵੀ ਸਟ੍ਰਾਈਕ ਸੀਗੀ ਨਹੀਂ ਤਾਂ ਅਸੀਂ ਪਿਛਲਾ ਹਫਤਾ ਸਾਰਾ ਬੰਦ ਹੀ ਰਹੀਆਂ ਟ੍ਰੇਨਾਂ ਸਹੀ ਗੱਲ ਹੈ ਬਹੁਤ ਇੱਕ ਦੀ ਕੋਈ ਚੱਲਦੀ ਸੀ ਮੈਨੂੰ ਲੱਗਦਾ ਬੁੱਧਵਾਰ ਦੇ ਦਿਨ ਸੀ ਲੰਡਨ ਦੀਆਂ ਟ੍ਰੇਨ ਸਾਰੀ ਬੰਦ ਅੰਡਰਗਰਾਊਂਡ ਸਾਰਾ ਬੰਦ ਸਾਰਾ ਸਤਿਆਨਾਸ ਕੀਤਾ ਤਾਂ ਅੱਜ ਠੀਕ ਆ ਪਰ ਅੱਜ ਵੀ ਇੱਕ ਦੋ ਰੂਟ ਬੰਦ ਆ ਤਾਂ ਇਹ ਦੇਖੋ ਸਾਡਾ ਸਫ਼ਰ ਲੰਡਨ ਦਾ ਜਾਣਦੇ ਆ ਸਟੇਸ਼ਨ ਆ ਗਿਆ ਇੱਥੇ ਸਾਈਕਲ ਦੱਸਦੇ ਆ ਟ੍ਰੇਨ ਛੇਤੀ ਪਹੁੰਚ ਗਈ ਅੱਧਾ ਘੰਟਾ ਲੱਗਿਆ ਅੱਧਾ ਘੰਟਾ ਵੀ ਲੱਗਿਆ ਆਪਾਂ 10:37 ਮਿੰਟ ਤੇ ਆਈਏ ਟ੍ਰੇਨ ਮੈਨੂੰ ਲੱਗਦਾ 2 ਮਿੰਟ ਖੜੀ ਹੋਣੀ ਉੱਥੇ ਬਸ ਤਾਂ ਆਪਾਂ 20 ਮਿੰਟਾਂ 'ਚ ਦੋ ਵਾਰੀ ਰਾਹ 'ਚ ਰੁਕੀ ਆ 20 ਮਿੰਟਾਂ 'ਚ ਆਪਾਂ ਇੱਥੇ ਪੈਡਿੰਗ ਪਹੁੰਚ ਗਏ ਪੂਰੇ 11 ਵਜੇ
ਆ ਲਓ ਪੈਡਿੰਗਟਨ ਸਟੇਸ਼ਨ ਛੱਤ ਦੇਖੋ ਕਿੱਦਾਂ ਦੀ ਹੈ ਛੱਤ ਛੱਤ ਵਰਗੀ ਛੱਤ ਹੈ ਦੇਖੋ ਇਹ ਕੋ ਛੱਤ ਟ੍ਰੇਨ ਆਪਣੀ ਸਾਈਕਲ ਦੇਖੋ ਜੀ ਕਿੰਨੇ ਖੜੇ ਸਾਈਕਲ ਸਾਰਿਆਂ ਦੇ ਸਾਈਕਲ ਲੋਕੀ ਸਾਈਕਲ ਬਹੁਤ ਕਰਦੇ ਇੱਥੇ ਸਾਈਕਲਿੰਗ ਬਹੁਤ ਕਰਦੇ ਦੁਕਾਨਾਂ ਵੀ ਇੱਥੇ ਕਾਫੀ ਆ ਬਰਗਰ ਕਿੰਗ ਦੀ ਦੁਕਾਨ ਇੱਕ ਹੈਗੀ ਆ ਉੱਥੇ ਦੇਖੀ ਮੈਂ ਹੈਗਾ ਉੱਥੇ ਖਾਣ ਨੂੰ ਕੋਈ ਮਾੜਾ ਮੋਟਾ ਬਸ ਲੈ ਲਈ ਕੀ ਲੈਣਾ ਕ੍ਰੋਸੈਂਟ ਹੋਇਆ ਜਾਂ ਕੁਝ ਇਦਾਂ ਦੀ ਲੈ ਲੈਣੇ ਰਾਈਟ ਇੱਕ ਦੇਖਦੇ ਆ ਜੋ ਕ੍ਰੋਸੈਂਟ ਲੈਣਾ ਕ੍ਰੋਸੈਂਟ ਲੈਣਾ ਆਪਣੇ ਮੈਨੂੰ ਯਾਦ ਆ ਇਹਨੂੰ ਸਾਦੇ ਤਾਂ ਕ੍ਰੋਸੋਂ ਇੱਕ ਆਪਣਾ ਦੇਸੀ ਬੰਦਾ ਇੱਕ ਵਾਰੀ ਆਇਆ ਸੀ ਉਹਦਾ ਨਾਂ ਨਹੀਂ ਲੈਣਾ ਕਿਉਂਕਿ ਉਹਨੇ ਆ ਵੀਡੀਓ ਦੇਖ ਲੈਣੀ ਤਾਂ ਉਹਨੇ ਸ਼ਰਮਿੰਦਾ ਹੋਣਾ ਤਾਂ ਉਹ ਕਹਿੰਦਾ ਮੈਂ ਕ੍ਰੋਸੈਂਟ ਖਾਣਾ ਕ੍ਰੋਸੈਂਟ ਨਹੀਂ ਹੁਣ ਇੱਥੇ ਖਾਣੇ ਸਮਝ ਨਹੀਂ ਆ ਰਹੇ ਖਾਣੇ ਦੀ ਸਮੈਲ ਵੈਸੇ ਆ ਗਈ ਆ ਖਾਣਾ ਇੱਥੇ ਚਾਕਲੇਟ ਦੀ ਦੁਕਾਨ ਇੱਕ ਹੈਗੀ ਆ ਆ ਚਾਕਲੇਟ ਬਹੁਤ ਮਸ਼ਹੂਰ ਆ ਹੋਟਲ ਚਾਕਲੇਟ ਇੱਥੋਂ ਕ੍ਰੋਸੈਂਟ ਮਿਲਣਾ ਆ ਇੱਥੇ ਕੈਫੇ ਨੀਰੋ ਵੀ ਹੈਗੀ ਆ ਪੇਸਟਰੀ ਸ਼ਾਪ ਤਾਂ ਹੈਗੀ ਆ ਇੱਥੋਂ ਨਹੀਂ ਮਿਲਣੀ ਇੱਥੋਂ ਪੇਸਟਰੀ ਸ਼ਾਪ ਤੋਂ ਨਹੀਂ ਪਰ ਇੱਥੇ ਦੇਖ ਲੈਨੇ ਹੋਰ ਕੀ ਆ ਦੇਖ ਲਓ ਕੀ ਆ ਔਰ ਹੈਗੇ ਕ੍ਰੋਸੈਂਟ ਇੱਥੇ ਹੈਗੇ ਆ ਹੈਨੋ ਰੀਜ਼ਨ ਦੇ ਸੌਗੀਆਂ ਵਾਲੀਆਂ ਹੈ ਹੈ ਵੀ ਜਸ ਲੁਕਿੰਗ ਦੇਖੋ ਕੀ ਹੈਗਾ ਆ ਆ ਇਹਨੂੰ ਚੰਗੇ ਨਹੀਂ ਲੱਗੇ ਮੈਂ ਦੱਸਿਆ ਸੀਗਾ ਇੱਥੇ ਕੀ ਆ ਇੱਥੇ ਤਾਂ ਹੈਗੇ ਆ ਕਿਉਂਕਿ ਤੁਹਾਡਾ ਵੈਜੀਟੇਰੀਅਨ ਹਾਲ ਆ ਫਰੂਟ ਖਾਓ ਤਾਂ ਆਹ ਤਾਂ ਸ਼ਰਮਨ ਚੀਜ਼ ਮਸ਼ਰੂਮ ਮਸਕਪੋਨੀਆ ਚੀਜ਼ ਆ ਮਸ਼ਰੂਮ ਚੀਜ਼ ਦਾ ਜੇ ਕ੍ਰੋਸੋਂ ਹੀ ਲੈਣਾ ਉੱਥੇ ਮੂਹਰੇ ਮਿਲ ਜਾਣਾ ਮੈਨੂੰ ਲੱਗਦਾ ਉੱਥੇ ਨੇਰੋ ਕੋ ਸ਼ਾਇਦ ਹੋਊਗਾ ਉੱਥੇ ਮੂਹਰੇ ਮੈਨੂੰ ਲੱਗਦਾ ਹੈਗੇ ਆ ਜ਼ਿਆਦਾ ਭਾਰੀ ਚੀਜ਼ ਵੀ ਨਹੀਂ ਖਾਣਾ ਚਾਹੁੰਦੇ ਆ ਕਿ ਹੈਗੇ ਆ ਕਿਆ ਦੇ ਕ੍ਰੋਸੋਂ ਲੈ ਲੈਨੇ ਇੱਕ ਹੈਗੇ ਇੱਥੇ ਦਿਸਦੇ ਆ ਕਿਹੜਾ ਵਧੀਆ ਲੱਗਦਾ ਇੱਥੋਂ ਜਾਂ ਬਟਰ ਵਾਲਾ ਹੈਗਾ ਆ ਕੀ ਚੀਜ਼ ਆ ਕੋਈ ਡਿਫਰੈਂਟ ਜੀ ਲੱਗਦੀ ਕੋਈ ਚੀਜ਼ ਇਹਦੇ ਵਿੱਚ ਐਪਲ ਆ ਇਹਦੇ ਵਿੱਚ ਐਪਲ ਆ ਆ ਬਾਕੀ ਸਿਨਮਨ ਵਾਲਾ ਸੌਗੀਆਂ ਵਾਲੇ ਤਾਂ ਨੋਰਮਲ ਕ੍ਰੋਸੋਂਟਸ ਵੀ ਹੈਗੇ ਆ ਇੱਥੇ ਵਾਫਲ ਵੀ ਹੈਗੇ ਆ ਬਿਸਕਿਟਸ ਕੁਕੀਜ਼ ਚੰਗੀ ਕਾਫੀ ਬਣ ਰਹੀ ਇੱਥੇ ਦੇਖੋ ਕੈਸ਼ਲੈਸ ਸਟੋਰ ਆ ਇੱਥੇ ਕੈਸ਼ ਨਹੀਂ ਐਕਸੈਪਟ ਕਰਦੇ ਐਪ ਆ ਜਾਂ ਕਾਰਡ ਮੈਂ ਕਹਿੰਦੀ ਉਹ ਮਸ਼ਰੂਮ ਵਾਲੀ ਲੈ ਲੈਂਦੇ ਫਿਰ ਉਹ ਗਰਮ ਆ ਉਹ ਗਰਮ ਕਰਨੀ ਪੈਣੀ ਆ ਉਹ ਗਰਮ ਕਰਦੇ ਆ ਗਰਮ ਖਾਣੀ ਗਰਮ ਲੈ ਲੈਂਦੇ ਗਰਮ ਠੀਕ ਆ ਗਰਮ ਠੀਕ ਹੈ ਗਰਮ ਕਰਾ ਲੈਂਦੇ ਇੱਕ ਪਹਿਲਾਂ ਕ੍ਰੋਸੋਂ ਲੈਣਾ ਸੀਗਾ ਹੁਣ ਗਰਮ ਤੇ ਪਹੁੰਚ ਗਈ ਗੱਲ ਹੁਣ ਫਿਰ ਮਾਈਂਡ ਚੇਂਜ ਕਰ ਲਿਆ ਕ੍ਰੋਸੋਂ ਹੀ ਲੈਂਦੇ ਇਹ ਜਿਹੜੀਆਂ ਚੀਜ਼ਾਂ ਤਾਂ ਹੁਣ ਦਿਨੇ ਸਾਰਾ ਦਿਨ ਖਾਣੀਆਂ ਹੀ ਆ ਕਿਉਂਕਿ ਕੱਪੜਿਆਂ ਦਾ ਵੀ ਆਹੀ ਹਾਲ ਹੈ ਜੋ ਕੱਪੜੇ ਖਰੀਦਣੇ ਹੁੰਦੇ ਔਰ ਜਦੋਂ ਕੁਝ ਖਾਣਾ ਵੀ ਹੁੰਦਾ ਆ ਉਦੋਂ ਵੀ ਆਹੀ ਆ ਪਤਾ ਨਹੀਂ ਲੱਗਦਾ ਪਹਿਲਾਂ ਆਹ ਮਸ਼ਰੂਮ ਵਾਲੀ ਚੀਜ਼ ਕ੍ਰੋਸੋਂਟ ਅੱਛਾ ਸੈਂਡਵਿਚ ਵੀ ਹੈਗੇ ਆ ਸਾਡੀ ਪ੍ਰੋਬਲਮ ਪਤਾ ਕੀ ਆ ਸਾਡੇ ਅਰਗੇ ਨੂੰ ਬਸ ਇੱਕ ਹੀ ਚੋਇਸ ਦਿੱਤੀ ਜਾਵੇ ਰੋਟੀ ਦੀ ਬਸ ਇਹਦੇ ਰੋਟੀ ਤਾਂ ਇੱਥੇ ਸਟੇਸ਼ਨ ਤੇ ਮਿਲਣੀ ਨਹੀਂ ਆ ਆਹ ਇੰਡੀਆ ਨਹੀਂ ਹੈਗਾ ਆਹ ਅੰਮ੍ਰਿਤਸਰ ਜੰਕਸ਼ਨ ਨਹੀਂ ਹੈਗਾ ਪਾਕਿਸਤਾਨ ਦਾ ਲਾਹੌਰ ਜੰਕਸ਼ਨ ਨਹੀਂ ਹੈਗਾ ਇੱਥੇ ਰੋਟੀ ਮਿਲ ਜਾਣੀ ਆ ਇੱਥੇ ਤਾਂ ਆਹੀ ਕੁਛ ਮਿਲਣਾ ਜੋ ਸਾਨੂੰ ਦੀਂਦਾ ਆ ਕ੍ਰਿਸਪਸ ਹੈਗੇ ਆ ਪਰ ਉਹ ਵੀ ਨਹੀਂ ਖਾਣੇ ਉੱਥੇ ਪਤਾ ਪਿੱਛੇ ਚਾਕਲੇਟ ਵਾਲਾ ਸੀ ਉੱਥੇ ਲੈਂਦੇ ਆ ਫਿਰ ਕਿੱਥੋਂ ਪਿੱਛੇ ਚਾਕਲੇਟ ਵਾਲਾ ਸੀਗਾ ਉਹ ਤਾਂ ਚਾਕਲੇਟ ਦੀ ਦੁਕਾਨ ਹੈ ਜਿੱਥੇ ਚਾਕਲੇਟ ਦੇ ਡੱਬੇ ਮਿਲਦੇ ਆ ਨਹੀਂ ਆਹ ਵਾਲਾ ਜਿੱਥੇ ਇੱਥੇ ਪੇਸਟਰੀ ਸੀਗੀ ਨਾ ਇੱਥੋਂ ਮੈਂ ਦੱਸ ਕੇ ਕਿਹੜਾ ਲੈਣਾ ਆ ਦੇ ਆਹ ਵਾਲਾ ਲੈਣੇ ਆ ਚਲੋ ਠੀਕ ਹੈ ਵਾਪਸ ਆ ਗਏ ਇੱਥੇ ਆਏ ਹਾਏ ਆ ਹੁੰਦੀ ਖੁਸ਼ੀ ਮਿਲ ਗਿਆ ਚਾਕਲੇਟ ਦਾ ਜੋ ਵੀ ਹੈਗਾ ਆ ਤਾਂ ਆ ਲਓ ਆਹ ਦੇਖੋ ਪੈਡਿੰਗਟਨ ਸਟੇਸ਼ਨ ਇਹਦੇ ਪਲੈਟਫਾਰਮ ਮੈਨੂੰ ਲੱਗਦਾ 14 ਆ 14 ਜਾਂ 15 ਪਲੈਟਫਾਰਮ ਤਾਂ ਇਹ ਤਕਰੀਬਨ ਸਾਊਥ ਇੰਗਲੈਂਡ 'ਤੇ ਕਾਫੀ ਟ੍ਰੇਨ ਇੱਥੋਂ ਜਾਂਦੀਆਂ ਆ ਨੌਰਥ ਤੱਕ ਨਹੀਂ ਇੱਥੋਂ ਜਾਂਦੀਆਂ ਸਾਊਥ ਸਾਊਥ ਵੈਸਟ ਦੇਖੋ ਸਟੇਸ਼ਨ ਦੀ ਇਹਦੀ ਹੋਰ ਗੱਲਾਂ ਆਰਕੀਟੈਕਚਰ ਦੇਖੋ ਕ੍ਰੋਸੋਂਟ ਬਹੁਤ ਸਵਾਦ ਹੈ ਕ੍ਰੋਸੋਂਟ ਮੈਨੂੰ ਕਿਹੜਾ ਪਤਾ ਆ ਮੈਨੂੰ ਕਿਹੜਾ ਆਫਰ ਕੀਤਾ ਆ ਮੈਨੂੰ ਯਾਦ ਆ ਜਦੋਂ ਅਸੀਂ ਲੌਂਗ ਲੈ ਕੇ ਸੀਗੇ ਉਦੋਂ ਗੁਲਾਬ ਜਾਮਣ ਤਾਂ ਮੇਰੀ ਖਾ ਲਈ ਸੀਗੀ ਆਦੇ ਸਟੇਸ਼ਨ ਦੇਖੋ ਨੀਅਰੋ ਹੈਗੀ ਆ ਇੱਥੇ ਮੈਕਡੋਨਲਡਸ ਵੀ ਆ ਆਹ ਦੇਖੋ ਅੰਡਰਗਰਾਊਂਡ ਪਹੁੰਚ ਚੱਲੇ ਆ
ਤਾਂ ਇੱਥੇ ਕਾਫੀ ਲਾਈਨਸ ਲੱਗਦੀ ਇੱਥੇ ਬੇਕਰਲੂ ਲਾਈਨ ਵੀ ਹੈਗੀ ਡਿਸਟ੍ਰਿਕਟ ਵੀ ਆ ਸਰਕਲ ਵੀ ਹੈਗੀ ਆ ਜਿਹੜੀਆਂ ਸੈਂਟਰਲ ਲੰਡਨ 'ਤੇ ਜਾਂਦੀਆਂ ਆ ਪਹਿਲਾਂ ਇੱਥੇ ਟਿਕਟ ਪਾਈਏ देखो सर्कल लाइन तो आज बंद आ सत्यानाश यार स्ट्राइक्स हो रही हैं फिर अभी फादनी दूसरी हम आप चले एन थले थले एस्केलेटर ते जा रहे हैं थले जा रहे हैं अंडरग्राउंड ते बेकरलू लाइन ते हैं इन्हू ब्राउन लाइन भी साथ दे हैं तो एक गल याद रखियो क्योंकि इतने टूरिस्ट बहुत आते होंगे जे तुम खड़े रहना सज्जे पासे थोनू खड़े होना चाहिए क्योंकि जेडे वीक दिन के लोग काम करते हैं ना जिन्होंने रश से ऑफिस से पहुँचना होंगे वो खब्बे पासे भज के जाते होंगे तो यह याद रखना जो कोई इतने आया इतने तो लगता थोड़ा रश है अज क्योंकि लाइन भी दूसरी बंद आ चंगा रश है इतने चंगा रश है बहुत रश है इतने लिखा है एक मिनट लगती ट्रेन में पहली फिर चार मिनट फिर सात मिनट तो चंगा रश है इतने भीड़ चंगी है क्योंकि एक लाइन तो बंद ट्रेन आ गई है खाली लगती खाली लगती ट्रेन पर लोगों ने चढ़ जाना हम बस लोग चढ़ू गए हम असि भी चढ़ी है जाके असि भी जाके देखिए सफाई इतने बेसिकली तार इतनी है कि साढ़े अर्गे इतने आके अटैची मेरे बजा ठा क्योंकि ब्रेक जो लाई अटैची आया पिकडिली स्टेशन पहुंच गए तो पहला इतों निकली है और वे आउट लिखिया एस्केलेटर जाता उत्ते कि ट्रेना का सफर ਇਹਦਾ ਸਫ਼ਰ ਵਧੀਆ ਆ ਅੱਜ ਆਮ ਦਿਨਾਂ ਨਾਲੋਂ ਘੱਟ ਰਸ਼ ਹੈ ਥੋੜ੍ਹਾ ਜਿਹਾ ਠੀਕ ਹੈ ਫਿਰ ਵੀ ਨਹੀਂ ਤਾਂ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਆਹ ਦੇਖੋ ਲੋਕ ਸਾਈਡ ਤੋਂ ਸੱਜੇ ਪਾਸੇ ਦੇਖੋ ਆਹ ਦੇਖੋ ਖੱਬੇ ਪਾਸੇ ਤੋਂ ਤੁਰੀ ਜਾਂਦੇ ਖੱਬੇ ਪਾਸੇ ਲੋਕ ਤੁਰੇ ਜਾਂਦੇ ਜਿਹਨੇ ਖੜੇ ਰਹਿਣਾ ਉਹ ਸੱਜੇ ਪਾਸੇ ਦੇ ਇਹ ਗੱਲ ਯਾਦ ਰੱਖੋ ਕਿਉਂਕਿ ਕਈ ਨਮੂਨੇ ਮੈਂ ਦੇਖੇ ਟੈਕਸੀ ਵੀ ਹੁੰਦੇ ਬਹੁਤ ਕੁਛ ਥਾਂ ਇਹਨਾਂ ਨੇ ਰੋਕਿਆ ਹੁੰਦਾ ਅਤੇ ਲੋਕ ਇਹਨੇ ਆਫਿਸਿਸ 'ਤੇ ਜਾਣਾ ਹੁੰਦਾ ਜਾਂ ਜਦੋਂ ਈਵਨਿੰਗ ਦਾ ਰਸ਼ ਹੁੰਦਾ ਹੈ ਉਦੋਂ ਵੀ ਉੱਥੇ ਲੋਕਾਂ ਨੇ ਉੱਥੇ ਦੌੜੀ ਹੁੰਦੀ ਹੈ ਥੱਲੇ ਨੂੰ ਕੈਮਰਾ ਘੁਮਾਓ ਇਧਰਲੇ ਪਾਸੇ ਦੇਖੋ ਆਪਾਂ ਕਿੰਨੀ ਉੱਤੇ ਆ ਗਏ ਦੇਖੋ ਉੱਤੇ ਆ ਗਏ ਕਿੰਨੀ ਉੱਤੇ ਪਹੁੰਚ ਗਏ ਵੱਡੇ ਐਸਕੇਲੇਟਰ ਆ ਇੱਥੇ ਇੱਥੋਂ ਨਿਕਲਣੇ ਇੱਕ ਵਾਰੀ ਨਿਕਲੀਏ ਹੁਣ ਮੇਨ ਐਕਸਿਟ ਆ ਚੱਲੀ ਆ ਆ ਸੀਗੀ ਆਪਣੀ ਟ੍ਰੇਨ ਜਰਨੀ ਦੀ ਵਲੌਗ ਸਾਨੂੰ ਅੰਡਰਗਰਾਊਂਡ ਵੀ ਦਿਖਾਇਆ ਲੰਡਨ ਦਾ ਤਾਂ ਮਿਲਦੇ ਹਾਂ ਅਗਲੇ ਵਲੌਗ ਵਿੱਚ ਦਿਖਾਉਂਦੇ ਲੰਡਨ ਦੇ ਨਜ਼ਾਰੇ ਤਾਂ ਇਹ 6-7 ਵਲੌਗਸ ਇੱਥੋਂ ਤੁਹਾਨੂੰ ਮਿਲੂਗੇ ਲੰਡਨ ਦੇ ਤਾਂ ਇਹ ਟੋਪੀ ਪਾ ਲਈ ਅਸੀਂ ਤਾਂ ਆਪਣੀ ਟੋਪੀ ਪਾ ਲਈ ਹੈ ਜੀ ਠੰਡ ਬਹੁਤ ਹੈ ਜਨਮ ਦੀ ਠੰਡ ਸਾਡਾ ਤਾਂ ਵੈਸੇ ਜਨਮ ਹੀ ਇੱਥੇ ਦਾ ਹੈਗਾ ਆ ਸਾਨੂੰ ਨਹੀਂ ਠੰਡ ਲੱਗਦੀ ਹੈ ਤਾਂ ਮਿਲਦੇ ਅਗਲੇ ਵਲੌਗ 'ਚ ਜਿਉਂਦੇ ਰਹੋ